ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ। ਪੰਜਾਬ ਦੇ ਦੋਸਤੋ ਸਾਰੇ ਕੈਂਡੀਡੇਟਾਂ ਵਾਸਤੇ ਖੁਸ਼ਖਬਰੀ ਹੈ ਜਿਹੜੇ ਪੰਜਾਬ ਦੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜੋਬ ਚਾਹੁੰਦੇ ਆ। ਇੱਥੇ ਦੋਸਤੋ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ 3000 ਪੋਸਟਾਂ ਰੈਡੀ ਹੋ ਚੁੱਕੀਆਂ ਜੀ ਅਨਾਊਂਸ ਹੋਣ ਵਾਸਤੇ। ਅਤੇ ਵੱਡੀ ਗੱਲ ਦੋਸਤੋ ਇਹ ਹੈ ਕਿ ਇਸ ਤੋਂ ਪਹਿਲਾਂ ਇਹ ਵਕੈਂਸੀ ਜਿਹੜੀ ਹੈ ਇਹ ਕੰਟਰੈਕਟ ਬੇਸ ਫੀਲ ਹੁੰਦੀ ਸੀ, ਬਟ ਹੁਣ ਜਿਹੜੀ ਹੈ ਇਹ ਸਰਕਾਰੀ ਭਰਤੀ ਹੋ ਗਈ ਹੈ। ਜਾਣੀ ਕਿ ਪਹਿਲੀ ਵਾਰ ਪੰਜਾਬ ਦੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ 3000 ਪੋਸਟਾਂ 'ਤੇ ਸਰਕਾਰੀ ਭਰਤੀ ਹੋਏਗੀ। ਅਤੇ ਦੋਸਤੋ ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਜਿੱਦਾਂ ਅਦਰ ਵਕੈਂਸੀਜ਼ ਦੇ ਵਿੱਚ ਰਾਖਵੀਂ ਕੈਟੇਗਰੀ ਹੁੰਦੀ ਹੈ ਪੰਜਾਬ ਦੀ, ਠੀਕ ਹੈ, ਉਸੇ ਤਰੀਕੇ ਨਾਲ ਇਸ ਭਰਤੀ ਨੂੰ ਵੀ ਰਾਖਵੀਂ ਕੈਟੇਗਰੀਆਂ ਦੇ ਵਿੱਚ ਵੰਡ ਕੇ ਅਨਾਊਂਸ ਕਰਿਆ ਜਾਵੇਗਾ। ਸਾਰੀ ਕੈਟੇਗਰੀਆਂ ਨੂੰ ਆਪੋ ਆਪੇ ਹਿੱਸੇ ਦੀ ਜਿਹੜੀ ਪੋਸਟ ਹੈ ਉਹ ਮਿਲੇਗੀ। ਅੱਗੇ ਵਧੇ ਹੋਏ ਦੋਸਤੋ ਗੱਲ ਕਰਦੇ ਹਾਂ ਕੰਪਲੀਟ ਖਬਰ ਦੀ, ਤਾਂ ਇੱਥੋਂ ਤੁਸੀਂ ਜਿਹੜਾ ਸਕਰੀਨਸ਼ੋਟ ਲੈ ਕੇ ਰੀਡ ਕਰ ਸਕਦੇ ਹੋ। 3062 ਪੋਸਟਾਂ ਜਿਹੜੀਆਂ ਟੋਟਲ ਖਾਲੀ ਹੈ ਇਹਨਾਂ ਨੂੰ ਅਨਾਊਂਸ ਕਰਿਆ ਜਾਵੇਗਾ। ਅਤੇ ਇੱਕ ਹੋਰ ਦੋਸਤੋ ਗੱਲ ਇਹ ਹੈ ਕਿ ਪਹਿਲੀ ਵਾਰ ਪੰਜਾਬ ਦੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਅਨਾਊਂਸ ਹੋ ਰਹੀ ਹੈ, ਇਸ ਕਰਕੇ ਪੋਲਿਸੀ ਕੋਈ ਨਹੀਂ ਬਣੀ ਹੋਈ ਇਹ ਭਰਤੀ ਕੰਪਲੀਟ ਕਰਾਉਣ ਵਾਸਤੇ। ਟਰਾਂਸਪੋਰਟ ਡਿਪਾਰਟਮੈਂਟ ਜਿਹੜੀ ਪੋਲਿਸੀ ਯੂਜ਼ ਕਰੇਗਾ ਉਹ ਅਦਰ ਸਟੇਟਾਂ ਦੀ ਟਰਾਂਸਪੋਰਟ ਪੋਲਿਸੀ ਹੋਏਗੀ। ਯਾਨੀ ਕਿ ਅਦਰ ਸਟੇਟਾਂ ਦੀ ਟਰਾਂਸਪੋਰਟ ਪੋਲਿਸੀ ਨੂੰ ਯੂਜ਼ ਕਰਦੇ ਹੋਏ ਪੰਜਾਬ ਦੇ ਵਿੱਚ ਇਹ ਪਹਿਲੀ ਟਰਾਂਸਪੋਰਟ ਭਰਤੀ ਜਿਹੜੀ ਹੈ ਸਰਕਾਰੀ ਭਰਤੀ ਇਹ ਮੁਕੰਮਲ ਕੀਤੀ ਜਾਵੇਗੀ। ਸੋ ਇਹ ਸੀ ਦੋਸਤੋ ਅੱਜ ਦੀ ਬਹੁਤ ਹੀ ਵੱਡੀ ਖੁਸ਼ਖਬਰੀ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਅਤੇ ਦੋਸਤੋ ਇਹ ਭਰਤੀ ਜਿਹੜੀ ਹੈ ਇਹ ਅਪ੍ਰੈਲ ਦੇ ਵਿੱਚ ਅਨਾਊਂਸ ਹੋਏਗੀ, ਠੀਕ ਹੈ। ਇਹ ਵੱਡੀ ਖਬਰ ਹੈ ਦੋਸਤੋ, ਮਿਲਾਂਗੇ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ। ਉਦੋਂ ਤੱਕ ਦੇ ਲਈ ਰੱਬ ਰਾਖਾ।